ਇਹ ਵਿਚਾਰੀਆਂ ਬੇਜਵਾਨੀਆਂ ਆ ਜਦੋਂ ਤੱਕ ਦਾ ਵਿਸ਼ਾਲ ਇਹ ਦੁੱਧ ਦਿੰਦੀਆਂ ਆ ਉਦੋਂ ਤੱਕ ਇਹਨਾਂ ਵਿਚਾਰੀਆਂ ਦੀ ਸੇਵਾ ਪਾਣੀ ਫੁੱਲ ਸਹੀ ਆ ਚਾਰ ਪੈਸੇ ਘਰ ਵੀ ਆ ਜਾਂਦੇ ਆ ਤੇ ਰੱਜ ਕੇ ਪਰਿਵਾਰ ਦੁੱਧ ਵੀ ਪੀ ਲੈਂਦਾ ਤੇ ਜਦੋਂ ਵਿਚਾਰੀਆਂ ਨੇ ਕੋਈ ਬਿਮਾਰੀ ਕਾਰਨ ਦੁੱਧ ਦੇਣਾ ਬੰਦ ਹੋ ਜਾਂਦੀਆਂ ਫਿਰ ਇਹਨਾਂ ਨੂੰ ਉੱਦੇ ਛੱਡ ਦਿੰਦੇ ਆ ਰੀ ਹੋਈ ਆ ਥੋੜੀ ਜੀ ਕਿਉਂਕਿ ਗਲਤੀ ਇਹਦੀ ਵੀ ਨਹੀਂ ਹੈਗੀ ਇਹ ਵਿਚਾਰੀ ਬੇਜਵਾਨੀ ਇਹਨੂੰ ਪਿਆਸ ਲੱਗੀ ਪਿਆਸ ਦੀ ਭਾਲ ਦੇ ਵਿੱਚ ਇਹ ਨਹਿਰ ਦੇ ਵਿੱਚ ਵੜ ਗਈ ਨਹਿਰ ਚ ਵੜ ਤਾਂ ਗਈ ਪਾਣੀ ਵੀ ਪੀ ਲਿਆ ਪਰ ਕਿਸੇ ਕਾਰਨ ਇਹ ਨਿਕਲ ਨਹੀਂ ਸਕੀ ਕਿਉਂਕਿ ਇਨਸਾਨ ਆਪਣੀ ਸੋਚ ਦੇ ਮੁਤਾਬਕ ਤਰੱਕੀ ਤਾਂ ਜ਼ਰੂਰ ਕਰ ਰਿਹਾ ਉਹਨੇ ਆਪਣੀ ਸੋਚ ਲੜਾਈ ਅਤੇ ਇਹ ਨਹਿਰਾਂ ਪੱਕੀਆਂ ਕਰਤੀਆਂ ਪਰ ਕਿਤੇ ਨਾ ਕਿਤੇ ਸਾਡੀ ਥੋੜ੍ਹੀ ਜਿਹੀ ਸੋਚ ਕਦੇ ਕਦੇ ਗਲਤ ਵੀ ਹੋ ਜਾਂਦੀ ਹੈ ਜੇ ਇਹ ਨਹਿਰ ਥੋੜ੍ਹੀ ਜਿਹੀ ਵੀ ਕੱਚੀ ਹੁੰਦੀ ਤਾਂ ਇਹ ਜਾਨਵਰ ਆਪਣੇ ਆਪ ਬਾਹਰ ਆ ਜਾਣਾ ਸੀ ਖਰੇ ਵਿਚਾਰੀ ਕੱਲ੍ਹ ਦੀ ਅੰਦਰ ਆ ਖਰੇ ਪਾਠਸਾਂ ਦੀ ਇਹ ਤਾਂ ਸਾਡਾ ਧਿਆਨ ਪੈ ਗਿਆ ਇੱਥੇ ਤਾਂ ਸਾਡਾ ਧਿਆਨ ਪੈ ਗਿਆ ਪਰ ਇੱਦਾਂ ਦੇ ਕਈ ਜਾਨਵਰ ਅਨੇਕਾਂ ਜਾਨਵਰ ਰੋਜ਼ ਇਹ ਪੱਕੀਆਂ ਨਹਿਰਾਂ ਦੇ ਵਿੱਚ ਡੁੱਬ ਡੁੱਬ ਕੇ ਮਰ ਰਹੇ ਆ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸੋ ਥੈਂਕ ਯੂ ਸੋ ਸ਼ਾਨੇ ਪੰਜਾਬ ਦੀ ਪੂਰੀ ਟੀਮ ਵੱਲੋਂ ਇਹ ਇੱਕ ਵੀਡੀਓ ਅਸਲੀ ਦੁਰਘਟਨਾ ਸੀ ਸੱਚੀ ਇਹ ਗਲਤੀ ਦਿਖੀ ਸੋ ਇਸ ਕਰਕੇ ਸਾਡਾ ਇਹ ਵੀ ਮੈਸੇਜ ਹੈ ਉਹਨਾਂ ਸੀਨੀਅਰ ਅੱਗੇ ਕਿ ਜਿੱਥੇ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਉਹ ਚੰਗੇ ਕੰਮ ਦੇ ਪਿੱਛੇ ਕੋਈ ਨਾ ਕੋਈ ਕਦੇ ਕਦੇ ਸਾਡੇ ਤੋਂ ਗਲਤੀ ਵੀ ਹੋ ਜਾਂਦੀ ਸੋ ਗਲਤੀ ਮਾਫ਼ ਕਰਿਓ ਸੋ ਸ਼ਾਨੇ ਪੰਜਾਬ ਦੀ ਪੂਰੀ ਟੀਮ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰੋ ਸੋ ਥੈਂਕ ਯੂ ਸੋ ਮੱਚ